अखंड कीर्तनी जत्थे दे 13 सिंघां नूं शहीद कर दिता गया। ਉਹ ਅਵਤਾਰ ਬਾਣੀ ਵਿੱਚ ਕਹਿ ਗਏ ਅਪਮਾਨਜਨਕ ਸ਼ਬਦਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਲਈ ਸ਼ਬਦ ਕੀਰਤਨ ਕਰਦੇ ਨਿਰੰਕਾਰੀ ਸਮਾਗਮ ਵੱਲ ਜਾ ਰਹੇ ਸਨ। ਉਸੇ ਸਾਲ ਦਿੱਲੀ ਵਿੱਚ ਨਿਰੰਕਾਰੀ ਬਾਬੇ ਗੁਰਬਚਨ ਸਿੰਘ ਦਾ ਕਤਲ ਹੋ ਗਿਆ। ਕੁਝ ਚਿਰ ਮਗਰੋਂ ਹਿੰਦ ਸਮਾਚਾਰ ਸਮੂਹ ਦੇ ਪ੍ਰਮੁੱਖ ਪੱਤਰਕਾਰ ਲਾਲਾ ਜਗਤ ਨਾਰਾਇਣ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ। ਲਾਲਾ ਜਗਤ ਨਾਰਾਇਣ ਦੇ ਕਤਲ ਦੇ ਸੰਬੰਧ ਵਿੱਚ ਪਹਿਲਾਂ ਸੰਤ ਪਿੰਡਰਾਂ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਅਕਾਲੀ ਦਲ ਦੇ ਜ਼ੋਰ ਦੇਣ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। ਇੱਕ ਪਾਸੇ ਪੰਜਾਬ ਕਾਂਗਰਸ ਅਤੇ ਗਿਆਨੀ ਜ਼ੈਲ ਸਿੰਘ ਦਰਬਾਰਾ ਸਿੰਘ ਵਿੱਚ ਪਈ ਆਪਸੀ ਫੁੱਟ ਹਾਲਾਤ ਨੂੰ ਖਰਾਬ ਕਰ ਰਹੀ ਸੀ ਤੇ ਦੂਜੇ ਪਾਸੇ ਅਕਾਲੀ ਦਲ ਦੇ ਮੁਕਾਬਲੇ ਤੇ ਪੰਜਾਬ ਵਿੱਚ ਇੱਕ ਨਵੀਂ ਸ਼ਕਤੀ ਉੱਭਰ ਕੇ ਸਾਹਮਣੇ ਆ ਰਹੀ ਸੀ, ਜਿਸ ਨੇ ਆਪਣੇ ਨਿਰਪੈ ਸਰੂਪ ਤੇ ਪ੍ਰਭਾਵਸ਼ਾਲੀ ਪ੍ਰਚਾਰ ਸਦਕਾ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਨਵੇਂ ਸੱਚੇ ਵਿੱਚ ਟਾਲਣਾ ਸ਼ੁਰੂ ਕਰ ਦਿੱਤਾ ਸੀ। ਪਿੰਡਰਾਂ ਵਾਲੇ ਦਾ ਜਨਮ ਸੰਨ 1947 ਵਿੱਚ ਹੋਇਆ। ਉਹ ਬਾਬਾ ਜੋਗਿੰਦਰ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਉਸਨੇ ਪਿੰਡ ਦੇ ਸਕੂਲ ਵਿੱਚ 5ਵੀਂ ਤੱਕ ਪੜ੍ਹਾਈ ਕੀਤੀ। ਮਗਰੋਂ ਉਹ ਚੌਕ ਮਹਿਤਾ ਚਲੇ ਗਏ ਤੇ ਇੱਥੇ ਹੀ ਸੰਤ ਕਰਤਾਰ ਸਿੰਘ ਜੀ ਦੇ ਦੇਹਾਂਤ ਮਗਰੋਂ ਉਹਨਾਂ ਦੇ ਜਾਨਸ਼ੀਨ ਥਾਪੇ ਗਏ। ਪਿੰਡਰਾਂ ਵਾਲੇ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਪ੍ਰਵਿਰਤੀ ਨੂੰ ਰੋਕਣਾ, ਅੰਮ੍ਰਿਤਪਾਨ ਕਰਾ ਕੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦੇਣੀ ਅਤੇ ਜਿਨ੍ਹਾਂ ਵਿਰੁੱਧ ਸਿਆਸੀ, ਸੱਭਿਆਚਾਰਕ ਜਾਂ ਧਾਰਮਿਕ ਅਨਿਆਂ ਹੋ ਰਿਹਾ ਸੀ ਉਹਨਾਂ ਨੂੰ ਇਨਸਾਫ ਦਿਲਾਣਾ ਸੀ। ਤੇ ਮੇਰਾ ਆਪਦਾ ਕੰਮ ਹੈ ਅੰਮ੍ਰਿਤ ਛਕਾਉਣਾ, ਗੁਰੂ ਕੀ ਬਾਣੀ ਦੇ ਅਰਥ ਕਰਨੇ, ਨਾਲ ਇਹਨਾਂ ਨੂੰ ਗੁਰਬਾਣੀ ਪੜ੍ਹਾਉਣੀ। ਆਪ ਜਿੰਨੀ ਮੈਥੋਂ ਪੜ੍ਹੀ ਜਾਵੇ ਮੈਂ ਪੜ੍ਹਦਾ, ਸਤਿਗੁਰੂ ਜੀ ਨੇ ਕਿਰਪਾ ਕਰਕੇ ਪੜ੍ਹਾਉਂਦੇ ਹੈ, ਇਹ ਮੈਂ ਨਹੀਂ ਕਹਿ ਸਕਦਾ ਮੈਂ ਕਿੰਨੀ ਕੁ ਪੜ੍ਹਦਾ। ਸੋ ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਸਿੱਖ ਪੱਕਾ ਸਿੱਖ ਬਣੇ, ਸਮੂਹ ਪ੍ਰਾਣੀਆਂ ਦੇ ਨਸ਼ੇ ਛਡਾਉਣੇ, ਧੀ ਭੈਣ ਦੇ ਜਿਨ੍ਹਾਂ ਨੇ ਜਿੱਤ ਲੁੱਟੀ ਹੈ, ਸਰੂਪਾਂ ਨੂੰ ਅੱਗਾਂ ਲਾਈਆਂ, ਧਾਰਮਿਕ ਸਥਾਨਾਂ ਦੀ ਬੇਅਦਬੀ ਕੀਤੀ ਹੈ, ਮਸੂਮਾਂ ਦਾ ਖੂਨ ਪੀਤਾ, ਉਹਨਾਂ ਤੋਂ ਹੱਕ ਲੈਣ ਦੀ ਇੱਛਕ ਰਹਿਣਾ ਅਤੇ ਹੱਕ ਲੈਣ ਦੀ ਪ੍ਰੇਰਣਾ ਕਰਨੀ, ਇਹ ਮੇਰਾ ਕੰਮ ਹੈ। ਆਈ ਥਿੰਕ ਹੀ ਇਜ਼ ਅ ਰਸਟਿਕ ਪ੍ਰੀਚਰ, ਹੀ ਡਿਡ ਅ ਲੋਟ ਆਫ ਗੁੱਡ ਟੂ ਸਟਾਰਟ ਵਿਦ, ਹੀ ਬ੍ਰੌਟ ਅ ਹੋਲ ਲੋਟ ਆਫ ਯੰਗ ਜਨਰੇਸ਼ਨ ਟੂ ਗਿਵ ਅਪ ਸਮੋਕਿੰਗ, ਡਰਿੰਕਿੰਗ, ਟੇਕਿੰਗ ਓਪੀਅਮ, and therefore he had this enormous following after him. I think that he was a deeply religious man, but he was not a very educated man, so he understood only the superficial aspects of Sikhism. He didn't understand really the message of humanity, which is the basis of this religion, the message of equality, the message of progress. He didn't understand any of those things. ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਨਿਹੱਥੇ ਜਾਂ ਨਿਰਦੋਸ਼ ਤੇ ਵਾਰ ਕਰਦੇ ਨਹੀਂ, ਪਰ ਜ਼ੁਲਮ ਕਰਨ ਵਾਲੇ ਨੂੰ ਉਹ ਬਖਸ਼ਣਗੇ ਵੀ ਨਹੀਂ। ਨਿਰਦੋਸ਼ੇ ਤੇ ਵਾਰ ਕਰਦਾ ਨਹੀਂ ਤੇ ਸ਼ਹੀਦਾਂ ਨੇ ਕਾਤਲ ਨਾਲ ਲਿਹਾਜ਼ ਮੇਥੋਂ ਹੋਣਾ ਨਹੀਂ। ਸੰਤ ਪਿੰਡਰਾਂ ਵਾਲੇ ਜਿੱਥੇ ਵੀ ਪ੍ਰਚਾਰ ਕਰਨ ਜਾਂਦੇ, ਸ਼ਸਤਰਧਾਰੀ ਨੌਜਵਾਨ ਉਹਨਾਂ ਦੇ ਨਾਲ ਹੁੰਦੇ। ਉਹਨਾਂ ਨੇ ਕਈ ਵਾਰ ਆਪਣੇ ਲੈਕਚਰਾਂ ਵਿੱਚ ਕਿਹਾ ਸੀ, ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ ਸਿੱਖ ਉਦੋਂ ਦਾ ਗੁਲਾਮ ਹੈ, ਖਾਸ ਕਰਕੇ ਗੁਲਾਮੀ ਦੀਆਂ ਘਟਨਾਵਾਂ ਜੋ ਹਿੰਦੁਸਤਾਨ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਵਾਪਰ ਰਹੀਆਂ, ਇਹ ਪ੍ਰਤੱਖ ਮਿਸਾਲ ਹੈ ਸਾਰਿਆਂ ਦੇ ਸਾਹਮਣੇ। ਇਹਨਾਂ ਦਿਨਾਂ ਵਿੱਚ ਹੀ ਦਿੱਲੀ ਵਿੱਚ 1982 ਦੀਆਂ ਏਸ਼ੀਆਈ ਖੇਡਾਂ ਹੋਣ ਵਾਲੀਆਂ ਸਨ। ਸਿੱਖ ਕਾਲੀਆਂ ਪੱਗਾਂ ਬੰਨ੍ਹ ਕੇ ਜਾਂ ਕਾਲੀਆਂ ਝੰਡੀਆਂ ਲੈ ਕੇ ਇਸ ਮੌਕੇ ਤੇ ਰੋਸ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਸਨ ਤਾਂ ਜੋ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਬਜਾਏ ਇਸ ਦੇ ਕਿ ਉਹਨਾਂ ਨੂੰ ਆਪਣਾ ਇਹ ਸੰਵਿਧਾਨਿਕ ਅਧਿਕਾਰ ਵਰਤਣ ਦੀ ਆਗਿਆ ਦਿੱਤੀ ਜਾਂਦੀ, ਸਰਕਾਰ ਨੇ ਪੰਜਾਬ, ਹਰਿਆਣਾ ਜਾਂ ਹੋਰ ਪ੍ਰਾਂਤਾਂ ਤੋਂ ਦਿੱਲੀ ਆਉਣ ਵਾਲੇ ਸਿੱਖ ਜਥਿਆਂ ਤੇ ਪਾਬੰਦੀ ਲਗਾ ਦਿੱਤੀ। ਏਸ਼ੀਆਡ ਦੇ ਵਿੱਚ ਹਿੰਦੁਸਤਾਨ ਦੀ ਰਾਜਧਾਨੀ ਵਿੱਚ ਖੇਡ ਹੋਏ, ਉੱਥੇ ਸਿੱਖ ਨਹੀਂ ਆ ਸਕਦਾ ਸੀ, ਸਿੱਖ ਜਾ ਨਹੀਂ ਸਕਦਾ ਸੀ, ਔਰ ਸਿੱਖਾਂ ਨੂੰ ਉਸ ਵਕਤ ਗ੍ਰਿਫਤਾਰ ਕੀਤਾ ਗਿਆ। ਉਸ ਗ੍ਰਿਫਤਾਰੀ ਵਿੱਚ ਸਿਰਫ ਸਿੱਖ ਅਕਾਲੀ ਲੀਡਰ ਹੀ ਨਹੀਂ ਕੀਤੇ ਗਏ, ਜੋ ਵੀ ਸਿੱਖ ਨਜ਼ਰ ਆਇਆ ਹਰਿਆਣਾ ਬਾਰਡਰ ਤੋਂ, ਭਾਵੇਂ ਉਹ ਜਨਰਲ ਸੀ, ਭਾਵੇਂ ਉਹ ਮਿਲਟਰੀ ਦਾ ਸੀ, ਭਾਵੇਂ ਉਹ ਸਿਵਲੀਅਨ ਸੀ, ਕਿਸੇ ਉਸਦੇ ਨਾਲ ਕਿਸੇ ਦਾ
ਪੋਲੀਟੀਕਲ ਤਾਲੁਕ ਸੀ ਕਿ ਨਹੀਂ ਸੀ ਸਿੱਖ ਹੋਣਾ ਉਹਦਾ ਗੁਨਾਹ ਸੀ ਏਸ਼ੀਆਈ ਖੇਡਾਂ ਦੇ ਦੌਰਾਨ ਭਜਨ ਲਾਲ ਸਰਕਾਰ ਨੇ ਹਰਿਆਣੇ ਵਿੱਚ ਸਿੱਖਾਂ ਉੱਤੇ ਬੜੇ ਜ਼ੁਲਮ ਕੀਤੇ ਜਿਸ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਇਸ ਆਜ਼ਾਦ ਭਾਰਤ ਵਿੱਚ ਉਹ ਕਿਹੜਾ ਹਿੱਸਾ ਹੈ ਜਿੱਥੇ ਸਿੱਖ ਅਨੁਭਵ ਕਰਦਾ ਮੈਂ ਆਜ਼ਾਦ ਹਾਂ ਸਾਨੂੰ ਜਵਾਬ ਦਿਓ ਇਸ ਗੱਲ ਦਾ ਜੋ ਸੀਸਗੰਜ ਵਿੱਚ ਵਾਅਦਾ ਕੀਤਾ ਬੰਬਈ ਵਾਅਦਾ ਕੀਤਾ ਉਸ ਵਾਅਦੇ ਨੂੰ ਸਾਹਮਣੇ ਰੱਖਦਿਆਂ ਦਿੱਲੀ ਦੇ ਤਖ਼ਤ ਤੇ ਜੋ ਬੈਠੇ ਨੇ ਉਹ ਸਾਨੂੰ ਦੱਸਣ ਹਿੰਦੁਸਤਾਨ ਦੇ ਕਿਹੜੇ ਹਿੱਸੇ ਵਿੱਚ ਸਿੱਖ ਅਨੁਭਵ ਕਰਦਾ ਮੈਂ ਆਜ਼ਾਦ ਹਾਂ ਸਿੱਖ ਨੇ ਇਹ ਤੋਂ ਉਲਟ ਅਹਿਸਾਸ ਕੀਤਾ ਔਰ ਇਸ ਤਰ੍ਹਾਂ ਅਹਿਸਾਸ ਕਰਾ ਦਿੱਤਾ ਸਿੱਖ ਨੂੰ ਤੂੰ ਗੁਲਾਮ ਹੈ ਤੂੰ ਦੋ ਨੰਬਰ ਦਾ ਸ਼ਹਿਰੀ ਹੈ ਖੇਡਾਂ ਖਤਮ ਹੋ ਗਈਆਂ ਪਰ ਪੰਜਾਬ ਵਿੱਚ ਤਣਾਅ ਵਧਣਾ ਸ਼ੁਰੂ ਹੋ ਗਿਆ ਇਸ ਤਣਾਅ ਨੂੰ ਵਧਾਉਣ ਵਿੱਚ ਜਲੰਧਰ ਤੇ ਦਿੱਲੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਕਈ ਅਖ਼ਬਾਰਾਂ ਨੇ ਬੜੀ ਮਾੜੀ ਭੂਮਿਕਾ ਅਦਾ ਕੀਤੀ ਉਹਨਾਂ ਨੂੰ ਇੱਕ ਬੈਨੀਫਿਟ ਹੈ ਕਿ ਉਹ ਕਿਸੇ ਵੀ ਕਮਿਊਨਿਟੀ ਦੇ ਖਿਲਾਫ਼ ਕਿਤਨੀ ਵੀ ਜ਼ਹਿਰ ਕਿਉਂ ਨਾ ਉਗਲਣ ਕਿਉਂਕਿ ਉਹ ਬਾਈ ਫੇਸ ਹਿੰਦੂ ਨੇ ਪਾਰਟ ਐਂਡ ਪਾਰਸਲ ਆਫ ਦਾ ਮੈਜੋਰਿਟੀ ਕਮਿਊਨਿਟੀ ਨੇ ਇਸ ਲਈ ਹਿੰਦੁਸਤਾਨ ਦੀ ਐਡਮਿਨਿਸਟ੍ਰੇਸ਼ਨ 'ਚ ਕਮਿਊਨਲਿਜ਼ਮ ਜਿਹੜਾ ਹੈ ਉਹ ਵੀ ਐਡਮਿਨਿਸਟ੍ਰੇਸ਼ਨ 'ਚ ਹਾਵੀ ਹੋ ਚੁੱਕਿਆ ਪੰਜਾਬ ਵਿੱਚ ਹੋਣ ਵਾਲੇ ਹਰ ਕਤਲ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਗਿਆ ਤੇ ਪੁਲਿਸ ਹੱਥੋਂ ਮਰਨ ਵਾਲੇ ਹਰ ਨੌਜਵਾਨ ਨੂੰ ਦਹਿਸ਼ਤਗਰਦ ਕਹਿ ਕੇ ਦੇਸ਼ ਵਿੱਚ ਸਿੱਖਾਂ ਵਿਰੁੱਧ ਨਫ਼ਰਤ ਦਾ ਵਾਤਾਵਰਣ ਹੋਰ ਤਿੱਖਾ ਕਰ ਦਿੱਤਾ ਗਿਆ ਅਕਾਲੀ ਦਲ ਨੇ ਸਰਕਾਰ ਕੋਲ ਆਪਣੀਆਂ ਮੰਗਾਂ ਦਾ ਚਾਰਟਰ ਪੇਸ਼ ਕੀਤਾ ਇਹਨਾਂ ਵਿੱਚ ਪ੍ਰਮੁੱਖ ਮੰਗਾਂ ਉਹੀ ਸਨ ਜਿਨ੍ਹਾਂ ਦਾ ਉਲੇਖ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਕੀਤਾ ਗਿਆ ਸੀ ਇਸ ਦੇ ਨਾਲ ਹੀ ਨਾਲ ਉਹਨਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਹੋਲੀ ਸਿਟੀ ਘੋਸ਼ਿਤ ਕਰਨ ਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਕੀਰਤਨ ਪ੍ਰਸਾਰਿਤ ਕਰਨ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੇਡੀਓ ਟ੍ਰਾਂਸਮਿਟਰ ਲਗਾਉਣ ਦੀ ਵੀ ਮੰਗ ਪੇਸ਼ ਕੀਤੀ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਪੰਜਾਬ ਦੇ ਪ੍ਰਮੁੱਖ ਅਕਾਲੀ ਨੇਤਾ ਕਈ ਵਾਰ ਸ਼੍ਰੀਮਤੀ ਇੰਦਰਾ ਗਾਂਧੀ ਤੇ ਬੂਟਾ ਸਿੰਘ ਨੂੰ ਮਿਲੇ ਕਿਹਾ ਜਾਂਦਾ ਹੈ ਕਿ ਸ਼੍ਰੀਮਤੀ ਗਾਂਧੀ ਨੇ ਬਹੁਤ ਸਾਰੀਆਂ ਮੰਗਾਂ ਨੂੰ ਪ੍ਰਵਾਨ ਵੀ ਕਰ ਲਿਆ ਸੀ ਪਰ ਇਸ ਤੋਂ ਪਹਿਲਾਂ ਕਿ ਇਹਨਾਂ ਮੰਗਾਂ ਬਾਰੇ ਕੋਈ ਵੀ ਅੰਤਿਮ ਨਿਰਣੇ ਲਿਆ ਜਾਂਦਾ ਸ਼੍ਰੀਮਤੀ ਗਾਂਧੀ ਨੇ ਆਪਣਾ ਮਨ ਬਦਲ ਲਿਆ ਤੇ ਅਕਾਲੀ ਨੇਤਾ ਨਿਰਾਸ਼ ਹੋ ਕੇ ਪੰਜਾਬ ਵਾਪਸ ਪਰਤ ਆਏ To our great disappointment, issues could not be clinched. Whenever a settlement seemed in sight, they came up with fresh demands or hardened their attitude on matters earlier agreed on. Sadi kinni bhi jaiz gall hove, kinni bhi koi commitment hove, koi faisla hove, sanu us vich insaaf nahi milya. Je sade naal koi vaada ho gaya, ਹੁਣ ਸੰਤ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਮਰਥਕਾਂ ਨੂੰ ਇਹ ਕਹਿਣ ਦਾ ਅਵਸਰ ਮਿਲ ਗਿਆ ਕਿ ਸਿੱਖਾਂ ਨੂੰ ਦਿੱਲੀ ਦੀ ਸਰਕਾਰ ਪਾਸੋਂ ਕਿਸੇ ਵੀ ਤਰ੍ਹਾਂ ਦਾ ਇਨਸਾਫ਼ ਮਿਲਣ ਦੀ ਆਸ ਨਹੀਂ ਰੱਖਣੀ ਚਾਹੀਦੀ ਇਹਨਾਂ ਦਿਨਾਂ ਵਿੱਚ ਸੰਤ ਪਿੰਡਰਾਂ ਵਾਲੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਗੁਰੂ ਨਾਨਕ ਨਿਵਾਸ ਵਿੱਚ ਠਹਿਰੇ ਹੋਏ ਸਨ ਸਰਕਾਰ ਨੇ ਉਹਨਾਂ ਨੂੰ ਉਦੋਂ ਕਿਉਂ ਗ੍ਰਿਫ਼ਤਾਰ ਨਹੀਂ ਕੀਤਾ ਇਸ ਬਾਰੇ ਹੁਣ ਕੁਝ ਵੀ ਕਹਿ ਸਕਣਾ ਸੰਭਵ ਨਹੀਂ ਕਈਆਂ ਦਾ ਕਹਿਣਾ ਸੀ ਕਿ ਉਹ ਕਾਂਗਰਸ ਸਰਕਾਰ ਨਾਲ ਮਿਲੇ ਹੋਏ ਸਨ ਤੇ ਕਾਂਗਰਸ ਨੇ ਹੀ ਉਹਨਾਂ ਨੂੰ ਮੋਡਰੇਟ ਅਕਾਲੀਆਂ ਦੇ ਮੁਕਾਬਲੇ ਤੇ ਖੜਾ ਕੀਤਾ ਸੀ ਪਿੰਡਰਾਂਵਾਲਾ ਵਾਸ ਬ੍ਰੌਟ ਇਨ ਟੂ ਪੋਲੀਟਿਕਸ ਬਾਈ ਦਾ ਕਾਂਗਰਸ ਸਾਈਡ ਟੂ ਵੀਕਨ ਦੀ ਅਕਾਲੀਸ ਐਂਡ ਅਕਾਲੀ ਆਲਸੋ ਟਰਾਈ ਟੂ ਯੂਜ਼ ਪਿੰਡਰਾਂਵਾਲਾ ਇਨ ਆਰਡਰ ਟੂ ਗੈਟ ਏ ਬੈਟਰ ਬਾਰਗੇਨ ਸੋ ਬੋਥ ਕਾਂਗਰਸ ਆਈ ਐਂਡ ਦੈਨ ਦੀ ਅਕਾਲੀਸ ਵੇ ਟਰਾਈਂਗ ਟੂ ਪਲੇ ਪਿੰਡਰਾਂਵਾਲਾ ਕਾਰਡ ਵਿਦ ਐਨ ਆਈ ਐਂਡ ਦੇਅਰ ਸ਼ਾਰਟ ਟਰਮ ਪੋਲੀਟੀਕਲ ਗੇਮਸ You see, actually the Congress started the game, but the Akalis thought that by propping up Bhindranwala, they will be able to overawe the Congress and get their demands fulfilled. They had launched a Dharam Yudh Morcha with 45 demands and all that, which they at one stage reduced to 15. While the Congress thought that by putting up Bhindranwala against the Akalis, they are making Akalis irrelevant. I thought that one time there was a time when Bhindranwala had given support to Congress. But it was a very initial stage.